ਅੰਮ੍ਰਿਤਸਰ ਜ਼ਿਲ੍ਹੇ 'ਚ ਪਾਕਿਸਤਾਨ ਸੀਮਾ ਦੇ ਕੋਲ ਅਜਨਾਲਾ ਸੈਕਟਰ ਦੀ BPO ਰਾਮਕੋਟ ਦੇ ਕੋਲ ਰਾਤ ਕਰੀਬ 2 ਵਜੇ ਭਾਰਤੀ ਸੀਮਾ ਵਿੱਚ ਘੁਸਪੈਠ ਦਾ ਯਤਨ ਕਰਦੇ ਹੋਏ ਇੱਕ ਪਾਕਿਸਤਾਨੀ ਤਸਕਰ ਨੂੰ ਢੇਰ ਕਰ ਦਿੱਤਾ ਗਿਆ ਅਤੇ ਉਸਦੇ ਦੂਸਰੇ ਸਾਥੀ ਨੂੰ ਕਾਬੂ ਕਰ ਲਿਆ ਗਿਆ। ਇਸ ਸਾਰੀ ਕਾਰਵਾਈ ਦੇ ਬਾਰੇ BSF ਅਧਿਕਾਰੀ ਮੁਕੁਲ ਗੋਇਲ ਨੇ ਜਾਣਕਾਰੀ ਦਿੱਤੀ। ਇਹ ਰਾਤ ਕੋ ਇਸ BOP ਪੇ ਹਲਚਲ ਦੇਖੀ ਗਈ ਫੈਂਸ ਕੀ ਦੂਸਰੀ ਤਰਫ ਲਗਭਗ 2:20 ਪੇ ਜੋ ਕੰਪਨੀ ਕਮਾਂਡਰ ਹੈ ਸੰਜੇ ਕੁਮਾਰ ਉਨਕੇ ਨੇਤ੍ਰਿਤਵ ਮੇਂ BSF ਕੀ ਟੀਮ ਗੇਟ ਖੋਲ ਕੇ ਆਗੇ ਗਈ ਔਰ ਵਹਾਂ ਪਰ ਫਾਇਰਿੰਗ ਉਨ੍ਹੋਂਨੇ ਕੀ ਔਰ 4-5 ਰਾਊਂਡ ਫਾਇਰ ਹੋਏ ਜਿਸਮੇਂ ਇੱਕ ਜੋ ਇੰਟਰੂਡਰ ਹੈ ਉਸਕੀ ਮੌਤ ਹੋ ਗਈ ਔਰ ਇੱਕ ਲੋਗੋਂ ਨੇ ਜ਼ਿੰਦਾ ਪਕੜਨੇ ਮੇਂ ਕਾਮਯਾਬੀ ਹਾਸਿਲ ਕੀ ਔਰ ਜਬ ਜੋ ਜ਼ਿੰਦਾ ਪਕੜਾ ਗਿਆ ਉਸਨੇ ਬਤਾਇਆ ਦੋਨੋਂ ਕੀ ਆਇਡੈਂਟੀ ਬਤਾ ਦੀ ਖੁਦ ਜੋ ਪਕੜਾ ਗਿਆ ਉਸਕਾ ਨਾਮ ਸ਼ਬੀਰ ਹੁਸੈਨ ਹੈ ਔਰ ਜੋ ਮਾਰਾ ਗਿਆ ਵੋ ਰਾਸ਼ਿਦ ਹੈ ਔਰ ਇਹ ਠੱਠਾ ਦਿਲਵਾਨ ਜੋ ਕਿ ਇਸ BOP ਕੇ ਆਪੋਜ਼ਿਟ ਜੋ ਪਾਕਿਸਤਾਨੀ ਵਿਲੇਜ ਹੈ ਉਦਕੇ ਰਹਿਣੇ ਵਾਲੇ ਹੈ ਔਰ ਸ਼ਬੀਰ ਹੁਸੈਨ ਕੇ ਮੁਤਾਬਿਕ ਇਹ ਰਾਸ਼ਿਦ ਕੇ ਬਾਰੇ ਮੇਂ ਬਤਾ ਰਹਾ ਹੈ ਆਪਣੇ ਬਾਰੇ ਮੇਂ ਤੋ ਨੈਚੁਰਲੀ ਕੋਈ ਨਹੀਂ ਬਤਾਤਾ ਉਸਕੇ ਬਾਰੇ ਮੇਂ ਬਤਾ ਰਹਾ ਹੈ ਕਿ ਇਹ ਪਹਿਲੇ ਵੀ ਇਹ ਕਾਮ ਕਰ ਚੁੱਕਾ ਹੈ। ਕਿਤਨੇ ਹੀਰੋਇਨ ਹੈ, ਕਿਤਨੇ ਮੋਬਾਈਲ ਹੈ, ਕਿਆ ਸਿਮ, ਕਿਆ ਬਰਾਮਦ ਹੋਇਆ ਹੈ? ਇਨਸੇ ਲਗ 4 ਪੈਕੇਟ ਹੀਰੋਇਨ ਮਿਲੇ ਹੈ ਜੋ ਲਗਭਗ 4 ਕਿਲੋ ਟੋਟਲ ਕੀ ਹੈ ਔਰ ਇੱਕ ਇਨਸੇ ਇੱਕ ਮੋਬਾਈਲ ਮਿਲਾ ਹੈ ਔਰ ਇੱਕ ਪਾਕਿਸਤਾਨੀ ਸਿਮ ਮਿਲਾ ਹੈ। ਅੰਮ੍ਰਿਤਸਰ ਤੋਂ ਵਿਜੇਸ਼ ਸ਼ਰਮਾ ਦੀ ਰਿਪੋਰਟ।